ਪੰਚਾਇਤੀ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਮੌਜੂਦਾ ਸਰਕਾਰ ਅਤੇ ਮੌਜੂਦਾ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨਜਾਇਜ਼ ਤੌਰ ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਲਈ ਹੁਣ ਅਸੀਂ ਇਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ ਇਨਸਾਫ ਲਈ ਪਾਰਟੀ ਬਣਾ ਕੇ ਅਦਾਲਤ 'ਚ ਪੇਸ਼ ਕਰਾਂਗੇ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਰਪੰਚ ਦੀ ਚੋਣ ਲੜ ਰਹੇ ਪਿੰਡ ਬਲੌਂਗੀ ਦੇ ਵਸਨੀਕ ਮਨੀਸ਼ ਕੁਮਾਰ ਅਤੇ ਉਸਦੀ ਪਤਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਹੈਰਾਨ ਲਈ ਤਾਂ ਜੀ ਦੇਖੋ ਜੀ, ਪਬਲਿਕ ਨੇ ਆਪੇ ਦੇਖਣਾ ਹੈ, ਠੀਕ ਹੈ ਜੀ। ਸਪੋਰਟਰ ਵੋਟਰ ਤਾਂ ਪਹਿਲੀ ਹਾਰ ਚੁੱਕੇ ਆ ਜੀ, ਵੋਟਰ ਦੇ ਜਿਹੜੇ ਆਂਟੀ ਆ ਤਾਂ ਹਾਰ ਚੁੱਕੇ ਆ ਜੀ। ਉਹਨਾਂ ਨੇ ਤਾਂ ਅੱਜ ਆਪਣਾ ਚਿਹਰਾ ਲੈ ਕੇ ਆਏ ਸਾਡੇ ਸਾਹਮਣੇ, ਦੇਖੋ ਉਹ ਹਾਰ ਚੁੱਕੇ, ਆਂਟੀ ਪਾਰਟੀ ਹਾਰ ਚੁੱਕੀ ਆ ਜੀ। ਤੁਸੀਂ ਕੋਰਟ 'ਚ ਕਦੋਂ ਜਾ ਰਹੇ ਹੋ? ਕੋਰਟ 'ਚ ਸਰ ਅਸੀਂ ਜਾਵਾਂਗੇ, ਬਹੁਤ ਜਲਦੀ ਜਾਵਾਂਗੇ ਬਾਈ, ਨੇਮ ਜਾਵਾਂਗੇ ਵੀ ਸਾਡੇ ਨਾਲ ਅਫਸਰਾਂ ਨੇ ਆ ਕੁਝ ਕੀਤਾ ਜੀ, ਕੀਤਾ। ਮੇਰੀ ਤਾਂ ਮੇਨ ਪੋਲੀਟੀਕਲ ਵੀ ਹੈ ਜਿਹਨੂੰ ਪਾਰਟੀ ਬਣਾਉਂਦੇ ਨਹੀਂ, ਪੋਲੀਟੀਕਲ ਅਸੀਂ ਕਿਸ ਨੂੰ ਨਹੀਂ ਬਣਾਵਾਂਗੇ ਜੀ, ਨਹੀਂ ਅਸੀਂ ਮੇਨ ਬੀਡੀਓ ਦੇ ਖਿਲਾਫ ਜਾਵਾਂਗੇ, ਕਿਉਂਕਿ ਬੀਡੀਓ ਨੇ ਸਭ ਤੋਂ ਵੱਧ ਹਰਾਸਮੈਂਟ ਮੇਰੇ ਨਾਲ ਕੀਤੀ ਐਜ਼ ਅ ਇੱਕ ਲੇਡੀ ਨੂੰ, ਜਿਹਨੇ ਸਵੇਰੇ 12 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਇੱਕ ਚੇਅਰ ਤੇ ਬਿਠਾ ਕੇ ਰੱਖਿਆ, ਜਿਸ ਨੂੰ ਨਾ ਪਾਣੀ ਨਾ ਚਾਹ ਕੋਈ ਸੀ ਚੀਜ਼ ਦੀ ਕੋਈ ਫੈਸਿਲਿਟੀ ਨਹੀਂ। ਇੱਕ ਫਾਈਲ ਮੇਰੇ ਹੱਥ ਵਿੱਚ ਇਸ ਤਰ੍ਹਾਂ ਦੀ ਸੀ ਜਿਹੜੀ ਮੈਂ ਪੈਕ ਲੈ ਕੇ ਬੈਠੀ ਰਹੀ। ਇੱਕ ਇੱਕ ਘੰਟੇ ਬਾਅਦ ਮੈਂ ਬੀਡੀਓ ਕੋਲ ਸਰ ਕੋਲ ਜਾ ਰਹੀ ਹਾਂ, ਸਰ ਮੈਨੂੰ ਦਲਾਸਾ ਦੇ ਰਿਹਾ, ਮੈਡਮ ਜੀ 4 ਵਜੇ ਤੁਹਾਡਾ ਲੜੀ ਨੰਬਰ ਤੁਹਾਡੇ ਹੱਥ ਵਿੱਚ ਆਊਗਾ। ਮੈਂ 4 ਵਜੇ ਗਈ, ਮੈਡਮ ਜੀ 5:30 ਵਜੇ ਜਿੱਥੋਂ ਮਰਜ਼ੀ ਮੈਂ ਪੈਦਾ ਕਰਕੇ ਦਊਂਗਾ। ਮੈਂ 5:30 ਗਈ, ਮੈਨੂੰ ਉਹਨਾਂ ਨੇ 8 ਵਜੇ ਤੱਕ ਦਲਾਸਾ ਦਿੱਤਾ ਕਿ ਮੈਡਮ 8 ਵਜੇ ਤੱਕ ਮੈਂ ਤੁਹਾਨੂੰ ਤੁਹਾਡਾ ਲੜੀ ਨੰਬਰ ਦਊਂਗਾ, ਚਾਹੇ ਮੈਨੂੰ ਜਿੰਨਾ ਮਰਜ਼ੀ ਮੈਂ ਜ਼ੋਰ ਲਗਾ ਕੇ ਜਿੱਥੋਂ ਮਰਜ਼ੀ ਮੈਂ ਤੁਹਾਡਾ ਲੜੀ ਨੰਬਰ ਦਊਂਗਾ। ਉਸ ਤੋਂ ਬਾਅਦ ਜੀ 8 ਵਜੇ ਉਸ ਤੋਂ ਬਾਅਦ ਨਿਕਲ ਕੇ ਮੈਂ ਬਾਹਰ ਗੱਡੀ 'ਚ ਬੈਠੀ ਰਹੀ ਜੀ। ਮੈਂ ਬੀਡੀਓ ਸਰ ਨੂੰ ਕਾਲ ਕੀਤੀ, ਬੀਡੀਓ ਸਰ ਦੀ ਕਾਲ ਦੀ ਆਡੀਓ ਮੇਰੇ ਫੋਨ ਵਿੱਚ ਪਈ ਹੈ ਜੀ, ਰਿਕਾਰਡਿੰਗ ਵੀ ਸੁਣਾ ਦਿੰਦੇ ਹਾਂ। ਬੀਡੀਓ ਸਰ ਨੇ ਆਡੀਓ ਦੇ ਵਿੱਚ ਬੋਲਿਆ ਕਿ ਮੈਡਮ ਕੋਈ ਡੋਂਟ ਵਰੀ ਅਸੀਂ ਤੁਹਾਡਾ ਕੰਮ ਕਰ ਰਹੇ ਹਾਂ, ਤੁਹਾਡੇ 'ਤੇ ਲੱਗਿਆ ਹੋਇਆ ਹੈ, ਠੀਕ ਹੈ ਜੀ। ਮੈਂ ਕਿਹਾ ਸਰ ਮੇਰੇ ਹਸਬੈਂਡ ਨੂੰ ਵੀ ਤੁਸੀਂ ਬਾਹਰ ਭੇਜਤਾ? ਕਹਿੰਦੇ ਹਾਂਜੀ ਮੈਮ ਤੁਹਾਡੀ ਕੰਪਲੇਂਟ ਆ ਰਹੀਆਂ ਨੇ, ਇਸ ਰੈਸਟੋਰੈਂਟ ਨੇ ਸਾਨੂੰ ਬੋਲਿਆ। ਮੈਂ ਕਿਹਾ ਸਰ ਮੈਂ ਵੇਟ ਕਰੀ। ਕਹਿੰਦੇ ਹਾਂਜੀ ਮੈਡਮ ਤੁਹਾਡੇ ਕੰਮ ਜ਼ਰੂਰ ਹੋਊਗਾ, ਡੋਂਟ ਵਰੀ, ਓਕੇ ਤੁਹਾਡਾ ਕੰਮ ਜ਼ਰੂਰ ਹੋਊਗਾ। ਇਹਦੇ ਵਿੱਚ ਵੀ ਮੇਰੇ ਫੋਨ 'ਚ ਆਡੀਓ ਪਈ ਹੈ ਜੀ, ਤੁਹਾਨੂੰ ਸੁਣਾ ਦਿੰਦੇ ਹਾਂ। ਮੇਰਾ ਪਿੰਡ ਬਲੌਂਗੀ ਹੈ ਜੀ, ਤੇ ਮੈਂ ਬਲੌਂਗੀ ਕਲੋਨੀ ਤੋਂ, ਮੇਰੀ ਵਾਈਫ ਸਰਪੰਚੀ ਲੜ ਰਹੀ ਸੀ, ਇਹਨਾਂ ਦਾ ਨਾਮ ਰਿਪਸਲੀਨ ਕੌਰ ਹੈ ਜੀ। ਤੇ ਪਹਿਲਾਂ ਅਸੀਂ MP ਇਲੈਕਸ਼ਨਾਂ ਦੇ ਵਿੱਚ ਵੋਟ ਪਾਈ ਸੀਗੀ, ਆ ਸਾਡਾ ਦੇਖੋ ਵੋਟਰ ਕਾਰਡ ਆਲਰੇਡੀ ਬਣਿਆ ਹੋਇਆ ਜੀ, ਤੇ ਆ ਸਰ ਮੇਰੀ ਵਾਈਫ ਦਾ ਵੋਟਰ ਕਾਰਡ ਹੈ ਜੀ, ਤੇ ਵੋਟਰ ਸੂਚੀ ਸਾਡਾ ਨਾਂ ਵੀ ਸੀਗਾ। ਤੇ ਅਸੀਂ 26 ਤਰੀਕ ਨੂੰ ਅਸੀਂ ਉੱਥੇ ਪਹੁੰਚੇ BDPO ਦਫ਼ਤਰ ਜੀ, ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਤੁਹਾਡੀ ਮਿਸਿਜ਼ ਦੀ ਵੋਟ ਹੈ ਨਹੀਂ ਗੀ। ਤੇ ਮੈਂ ਕਿਹਾ ਕੋਈ ਗੱਲ ਨਹੀਂ ਵੀ ਸਰ ਵੀ ਹਲੇ ਤਾਂ ਇਲੈਕਸ਼ਨਾਂ 'ਚ ਵੋਟ ਬਣਦੀ ਹੋਣੀ ਹੈ, ਵੀ ਤੁਸੀਂ ਅਪਲਾਈ ਕਰ ਦਿਓ। ਤੇ ਮੈਂ 1 ਨੰਬਰ ਫਾਰਮ ਜੀ ਆਪਣਾ BDPO ਸਾਹਿਬ ਨੂੰ, ਆਹ 1 ਨੰਬਰ ਫਾਰਮ ਹੈ ਜੀ, ਮੈਂ BDPO ਸਾਹਿਬ ਨੂੰ ਦੇ ਕੇ ਆਇਆ, ਆਹ ਵੋਟਰ ਕਾਰਡ ਦੇ ਕੇ ਆਇਆ, ਆਧਾਰ ਕਾਰਡ ਦੇ ਕੇ ਆਇਆ ਜੀ, ਪੈਨ ਕਾਰਡ ਦੇ ਕੇ ਆਇਆ। ਤੇ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਤੇਰੀ ਵੋਟ ਬਣ ਜੂਗੀ। ਤੇ ਉਹ ਤੋਂ ਬਾਅਦ ਸਰ ਮੈਂ ਰੋਜ਼ ਇਹਨਾਂ ਕੋਲ ਚੱਕਰ ਮਾਰਦਾ ਰਿਹਾ, ਫਿਰ ਮੈਂ 28 ਤਰੀਕ ਨੂੰ ਵੀ ਕਿਹਾ, ਉਹਨਾਂ ਨੇ ਮੈਨੂੰ 28 ਤਰੀਕ ਨੂੰ ਵੀ ਇਹੀ ਦਿਲਾਸਾ ਦਿੱਤਾ ਵੀ ਤੁਹਾਡੀ ਵੋਟ ਬਣ ਜਾਏਗੀ। ਫਿਰ ਸਰ ਉਹਨਾਂ ਨੇ 28 ਨੂੰ ਕਿਹਾ ਵੀ ਤੁਸੀਂ ਕੋਈ ਗੱਲ ਨਹੀਂ 29 ਤਰੀਕ ਨੂੰ ਪਤਾ ਕਰ ਲਿਓ ਵੀ ਬਣ ਜੂਗੀ। ਫਿਰ ਮੈਂ 29 ਨੂੰ ਗਿਆ ਜੀ, ਉਹਨਾਂ ਨੇ 29 ਤਰੀਕ ਨੂੰ ਫਿਰ ਮੈਨੂੰ ਲਾਰਾ ਲਾ ਕੇ ਭੇਜਤਾ ਜੀ। ਫਿਰ ਮੈਂ 30 ਤਰੀਕ ਨੂੰ ਵੀ ਇਹਨਾਂ ਕੋਲ ਗਿਆ ਜੀ, ਇਹਨਾਂ ਨੇ ਮੈਨੂੰ 30 ਤਰੀਕ ਨੂੰ ਵੀ ਲਾਰਾ ਲਾ ਦਿੱਤਾ ਜੀ। ਚਲੋ ਏਦਾਂ ਹੀ ਮੈਂ ਡੇਲੀ ਜਾਂਦਾ ਰਿਹਾ, ਇਹ ਮੈਨੂੰ ਲਾਰਾ ਲਾਉਂਦੇ ਰਹੇ। ਫਿਰ ਜੀ ਮੈਂ ਇਹਨਾਂ ਕੋਲ ਕੀ ਨਾਮ ਆ, ਮੈਨੂੰ ਇਹਨਾਂ ਦੇ JE ਸਾਹਿਬ ਦਾ 8:30 ਵਜੇ ਫੋਨ ਆਇਆ ਵੀ ਕਹਿੰਦੇ ਤੂੰ ਪੈਟਰੋਲ ਪੰਪ ਤੇ ਆ ਜਾ। ਤੇ ਸੈਕਟਰੀ ਸਾਹਿਬ ਮੈਨੂੰ ਪੈਟਰੋਲ ਪੰਪ ਤੇ ਮਿਲਣ ਵੀ ਆਏ ਜੀ, ਤੇ ਉਹ ਮੈਨੂੰ ਕਹਿੰਦੇ ਵੀ ਸਾਡੇ ਤੇ ਪ੍ਰੈਸ਼ਰ ਹੈ। ਉਹਨਾਂ ਦਾ ਗੁਰਿੰਦਰ ਸਿੰਘ ਜੀ, ਉਹ ਪੈਟਰੋਲ ਪੰਪ ਤੇ ਮੈਨੂੰ ਸਪੈਸ਼ਲ ਮਿਲਣ ਆਏ ਸੀਗੇ। ਫਿਰ ਉਹ ਮੈਨੂੰ ਕਹਿੰਦੇ ਵੀ ਸਾਨੂੰ ਉੱਪਰੋਂ ਪ੍ਰੈਸ਼ਰ ਹੈ ਵੀ ਤੇਰਾ ਕੁਝ ਨਹੀਂ ਬਣ ਸਕਦਾ, ਤੂੰ SDM ਮੈਡਮ ਕੋਲ ਭੱਜ। ਤੇ ਚਲੋ ਸਰ ਮੈਂ SDM ਮੈਡਮ ਕੋਲ ਗਿਆ,
ਤੇ ਐਸਡੀਐਮ ਮੈਡਮ ਨੇ ਇਹਨਾਂ ਨੂੰ ਕਿਹਾ ਵੀ ਇਹਨਾਂ ਦੀ ਵੋਟ ਬਣਾਓ। ਫਿਰ ਉਸ ਦਿਨ ਬੀਡੀਪੀਓ ਸਾਹਿਬ ਕਹਿੰਦੇ ਵੀ ਇਹਨਾਂ ਦੀ ਫਾਈਲ ਜਿਹੜੀ ਸਾਡੇ ਕੋਲ ਵੋਟਰ ਵਾਸਤੇ ਆਈ ਸੀ ਬਣਨ ਵਾਸਤੇ ਉਹ ਗੁੰਮ ਹੋ ਗਈ। ਤੋਂ ਮੈਡਮ ਨੇ ਉਹਨਾਂ ਨੂੰ ਕਿਹਾ ਵੀ ਕੀ ਨਾਮ ਹੈ ਇਹਨਾਂ ਦੀ ਫਾਈਲ ਲੱਭੋ, ਤੇ ਮੈਂ ਉਹਨਾਂ ਨੂੰ ਕਿਹਾ ਵੀ ਇਹਨਾਂ ਦੀ ਫਾਈਲ ਲੱਭੋ ਤੇ ਇਹਨਾਂ ਦੀ ਵੋਟ ਬਣਾ ਕੇ ਦਿਓ ਵੀ ਇਹ ਸਰਪੰਚੀ ਦੇ ਕੈਂਡੀਡੇਟ ਨੇ। ਤੇ ਜੀ ਉਹਦੇ ਬਾਅਦ ਮੈਂ ਫੇਰ ਮੈਡਮ ਕੋਲ ਗਿਆ, ਫਿਰ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਅਸੀਂ ਬਣਾ ਦਿੰਦੇ ਹਾਂ। ਤੇ ਮੈਂ ਇਹਨਾਂ ਨੂੰ ਫੇਰ ਕਿਹਾ, ਮੈਂ ਕਿਹਾ ਜੀ ਜਿਹੜੇ ਡਾਕੂਮੈਂਟ ਤੁਹਾਡੇ ਤੇ ਗੁੰਮ ਹੋ ਗਏ ਮੈਂ ਤੁਹਾਨੂੰ ਦੁਬਾਰਾ ਡਾਕੂਮੈਂਟ ਦੇ ਵੀ ਦਿੰਦਾ, ਵੀ ਕੋਈ ਗੱਲ ਨਹੀਂ ਮੇਰੇ ਕੋਲ ਐਕਸਟਰਾ ਡਾਕੂਮੈਂਟ ਹੈਗੇ ਆ ਜੀ। ਉਹਦੇ ਬਾਅਦ ਸਰ ਮੈਂ ਅਗਲੀ 4 ਤਰੀਕ ਨੂੰ ਸਾਡਾ ਨੋਮੀਨੇਸ਼ਨ ਫਾਈਲ ਹੋਣਾ ਸੀਗਾ ਸਰ, 4 ਤਰੀਕ ਨੂੰ ਅਸੀਂ ਉੱਥੇ ਫਾਈਲ ਜਮ੍ਹਾਂ ਕਰਨ ਵਾਸਤੇ ਮੇਰੀ ਵਾਈਫ ਉੱਥੇ ਗਈ, ਤੇ ਉੱਥੇ ਨਾ ਇੱਕ ਕੰਪਿਊਟਰ ਤੇ ਸਰਦਾਰ ਜੀ ਬੈਠੇ ਆ ਆਪਣੇ, ਮਤਲਬ ਬੜੇ ਵਧੀਆ ਮਤਲਬ ਹੈਗੇ ਆ ਜੀ। ਉਹਨਾਂ ਨੇ ਜੀ ਸਾਡੀ ਜਿਵੇਂ ਮੇਰਾ ਨਾਮ ਮਨੀਸ਼ ਕੁਮਾਰ ਦਾ ਵਾਈਫ ਆਫ ਰਿਪਸਲੀਨ ਕੌਰ ਦਾ ਨਾਮ ਆਇਆ, ਉਹ ਸਰਦਾਰ ਜੀ ਆਪਣਾ ਉੱਥੇ ਤੇ ਉੱਠੇ, ਉਹਨਾਂ ਨੇ ਆਏ ਕਰਕੇ ਫਾਈਲ ਬੰਦ ਕਰ ਲਈ, ਕਹਿੰਦਾ ਤੁਹਾਡਾ ਨੋਮੀਨੇਸ਼ਨ ਨਹੀਂ ਹੋਣਾ, ਵੀ ਤੁਸੀਂ ਜਾਓ, ਵੀ ਤੁਹਾਡਾ ਉਰੇ ਕੁਛ ਨਹੀਂ ਹੋਣਾ, ਤੁਸੀਂ ਜਾਓ, ਤੁਸੀਂ ਤੁਹਾਡੇ ਕਾਗਜ਼ ਨਹੀਂ ਪੂਰੇ ਹੈਗੇ। ਚਲੋ ਅਸੀਂ ਜੀ ਫਿਰ ਜਦੀ ਫਿਰ ਫਾਈਲ ਚੱਕੀ, ਅਸੀਂ ਐਸਡੀਐਮ ਮੈਡਮ ਕੋਲ ਉੱਥੇ ਪਹੁੰਚੇ, ਫਿਰ ਐਸਡੀਐਮ ਮੈਡਮ ਨੇ ਉਹਨਾਂ ਨਾਲ ਗੱਲ ਕੀਤੀ ਵੀ ਕਿਆ ਦਿੱਕਤ ਹੈ, ਵੀ ਤੁਸੀਂ ਇਹਨਾਂ ਦੀ ਫਾਈਲ ਕਿਉਂ ਨਹੀਂ ਜਮ੍ਹਾਂ ਕਰ ਰਹੇ। ਸਰ ਅਸੀਂ ਐਸਡੀਐਮ ਮੈਡਮ ਕੋਲ 4:30 ਵਜੇ ਨਿਕਲੇ, ਇਹਨਾਂ ਨੇ 5 ਵਜੇ ਫਾਈਲ ਮੇਰੀ ਜਮ੍ਹਾਂ ਕਰ ਲਈ। ਆ ਸਰ ਮੈਨੂੰ ਉਹਨਾਂ ਨੇ ਰਸੀਦ ਵੀ ਦੇ ਦਿੱਤੀ, ਫਾਈਲ ਜਮ੍ਹਾਂ ਕਰਕੇ ਮੈਨੂੰ ਰਸੀਦ ਦੇ ਦਿੱਤੀ ਜੀ। ਚਲੋ ਸਰ ਫਿਰ ਅਗਲੀ ਤਰੀਕ ਆ ਗਈ ਜੀ, 5 ਤਰੀਕ ਅਸੀਂ ਐਸਡੀਐਮ ਮੈਡਮ ਕੋਲ ਗਏ, ਫਿਰ ਬੀਡੀਓ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਮੈਡਮ ਇਹਨਾਂ ਦੀ ਫਾਈਲ ਗੁੰਮ ਗਈ, ਤੇ ਮੈਡਮ ਕਹਿੰਦੇ ਵੀ ਤੁਸੀਂ 5 ਬੰਦਿਆਂ ਦੀ ਡਿਊਟੀ ਲਗਾਓ, ਤੇ ਵੀ ਇਹਨਾਂ ਦੀ ਫਾਈਲ ਲੱਭੋ, ਇਹਨਾਂ ਦੀ ਵੋਟ ਬਣਾਓ। ਸਰ ਸਵੇਰੇ 12 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮੇਰੀ ਵਾਈਫ ਅੰਦਰ ਬੈਠੀ ਰਹੀ ਜੀ। ਉਸ ਤੋਂ ਬਾਅਦ ਇਹ ਹਰ ਇੱਕ ਘੰਟੇ ਪਹਿਲਾਂ ਸਾਨੂੰ ਦਲਾਸਾ ਦਿੰਦੇ ਰਹੇ ਬੀਡੀਪੀਓ ਸਾਹਿਬ ਵੀ ਕੀ ਨਾਮ ਹੈ ਤੁਹਾਡੀ ਵੋਟ ਬਣ ਜੂਗੀ, ਤੁਸੀਂ ਵੇਟ ਕਰੋ, ਤੁਹਾਡੀ ਵੋਟ ਬਣ ਜੂਗੀ, ਵੇਟ ਕਰੋ। ਪਾਠਕ ਜੀ ਹਰ 15-20 ਮਿੰਟ ਬਾਅਦ ਉਹਨਾਂ ਕੋਲ ਜਾਂਦੇ ਰਹੇ, ਹਾਂਜੀ ਹੋ ਰਿਹਾ, ਤੁਹਾਡਾ ਹੀ ਕੰਮ ਚੱਲ ਰਿਹਾ, ਤੁਹਾਡੀ ਵੋਟ ਬਣੂਗੀ, ਕੋਈ ਗੱਲ ਨਹੀਂ ਬਣੂਗੀ। ਸਰ 6 ਵਜੇ ਉਹਨਾਂ ਨੇ ਮੇਰੀ ਮਿਸਿਜ ਨੂੰ ਬਾਹਰ ਕੱਢਤਾ ਗੇਟ ਤੋਂ ਬਾਹਰ, ਉਹ ਕਹਿੰਦੇ ਵੀ ਤੁਸੀਂ ਆਪਣੇ ਹਸਬੈਂਡ ਨੂੰ ਅੰਦਰ ਭੇਜ ਦਿਓ। ਚਲੋ ਸਰ ਮੈਂ ਅੰਦਰ ਚਲੇ ਗਿਆ ਮੇਰੀ ਵਾਈਫ ਨੂੰ ਅੰਦਰ, ਬੱਚੇ ਲੈ ਕੇ ਗੱਡੀ 'ਚ ਬੈਠ ਗਈ ਜੀ। ਤੇ ਸਰ ਮੈਨੂੰ 1 ਘੰਟਾ ਮੈਂ ਬੈਠਾ, ਫਿਰ ਮੈਂ ਉਹਨਾਂ ਨੂੰ ਪੁੱਛਿਆ ਮੈਂ ਬੀਡੀਪੀਓ ਸਾਹਿਬ ਵੀ ਸਾਡਾ ਕਰ ਦਿਓ ਵੋਟ, ਹਾਂ ਹਾਂ ਤੁਹਾਡੀ ਵੋਟ ਪੱਕੀ ਹੈ, ਮੈਂ ਤੁਹਾਨੂੰ 101% ਸ਼ੋਰ ਦਿੰਦਾ ਵੀ ਤੁਹਾਡੀ ਵੋਟ ਬਣ ਜੂਗੀ, ਬਸ ਅਸੀਂ ਕੱਢ ਕੇ ਦੇਣਾ, ਤੁਸੀਂ ਆਪਣਾ ਲੜੀ ਨੰਬਰ ਲਾ ਲਿਓ ਜੀ। ਚਲੋ ਸਰ ਫਿਰ ਮੈਨੂੰ SHO ਸਾਹਿਬ ਆਏ, 5-7 ਮੁਲਾਜ਼ਮ ਹੋ ਰਹੇ, ਉਹਨਾਂ ਨੇ ਫੜ ਕੇ ਮੈਨੂੰ ਬਾਹਰ ਕੱਢਤਾ, ਕਹਿੰਦਾ ਜਦ ਅਸੀਂ ਤੁਹਾਨੂੰ ਬੁਲਾਵਾਂਗੇ ਫਿਰ ਤੁਸੀਂ ਆਇਓ। ਸਰ 7:00, 8:00 ਸਰ ਕੋਈ ਸਾਨੂੰ ਬੁਲਾਉਣ ਨਹੀਂ ਆਇਆ, ਇਹ ਬੀਡੀਪੀਓ ਦਫ਼ਤਰ ਵਾਲੇ ਵਾਰੀ ਵਾਰੀ ਗੱਡੀਆਂ 'ਚ ਆਪਣੇ ਘਰ ਨੂੰ ਲੰਘੇ ਜੀ। ਸਰ ਅਸੀਂ ਤਕਰੀਬਨ 11:30 ਵਜੇ ਉੱਥੇ ਆਪਣੀ ਗੱਡੀ ਬੈਠੇ ਤੇ 12:45 ਵਜੇ ਰਾਤ ਨੂੰ ਲਿਸਟ ਲੱਗੀ ਜੀ, ਉਹਦੇ 'ਚ ਲਿਖਿਆ ਹੋਇਆ ਸੀ ਵੀ ਰਿਪਸਲੀਨ ਦੀ ਵੋਟ ਨਾ ਕਾਰਨ ਕਰਕੇ ਇਹਨਾਂ ਦੀ ਫਾਈਲ ਰਿਜੈਕਟ ਕੀਤੀ ਜਾਂਦੀ ਹੈ ਜੀ। ਮਤਲਬ ਪਰਸਨ ਸੀਗਾ ਜਿਹੜਾ ਸਾਨੂੰ ਚਾਹੁੰਦਾ ਸੀ ਵੀ ਇਲੈਕਸ਼ਨ ਨਾ ਲੜਨ। ਮੈਂ ਸਰਕਾਰ ਤਾਂ ਕਹਿੰਦੀ ਹੈ ਵੀ ਨਵੇਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਮਤਲਬ ਬੜਾਵਾ ਦਿਓ, ਅਸੀਂ ਹੁਣ ਦੱਸੋ ਅਸੀਂ ਨੌਜਵਾਨ ਵੀ ਸੀਗੇ ਪੜ੍ਹੇ ਲਿਖੇ ਵੀ ਸੀ, ਸਾਨੂੰ ਇਹਨਾਂ ਨੇ ਕਿੱਥੋਂ ਕਿੱਥੇ ਪਹੁੰਚਾ ਤੇ, ਅਸੀਂ 27 ਤਰੀਕ ਤੋਂ ਸਰ ਹੁਣ ਤੱਕ ਹਰਾਸਮੈਂਟ ਹੋਏ ਰਹੇ ਹੈ, ਕਿੱਥੇ ਕਿੱਥੇ ਅਸੀਂ ਨਹੀਂ ਗਏ, ਕਿੱਥੇ ਕਿੱਥੇ ਅਸੀਂ ਧੱਕੇ ਨਹੀਂ ਖਾਧੇ ਜੀ, ਸਾਨੂੰ ਬਸ ਇਹਨਾਂ ਨੇ ਬਸ ਇੱਕ ਉਹ ਲੋਲੀਪੋਪ ਦੇ ਕੇ ਰੱਖਿਆ ਜੀ ਵੀ ਅੱਜ 7 ਤਰੀਕ ਹੋ ਗਈ, 7 ਤਰੀਕ ਤੱਕ ਦੇਖੋ ਸਰ ਇਹਨਾਂ ਨੇ ਸਾਨੂੰ ਉਲਝਾ ਕੇ ਹੀ ਰੱਖਿਆ ਵੀ ਇਹਨਾਂ ਨੇ ਸਾਨੂੰ ਹੁਣ ਤੱਕ ਕੁਛ ਨਹੀਂ ਦੱਸਿਆ। ਹੋਰ ਸੁਣੋ ਸਰ, ਸਾਡਾ ਜਿਹੜਾ ਕੈਵਰੀ ਕੈਂਡੀਡੇਟ ਸੀਗਾ ਊਸ਼ਾ ਦੇਵੀ, ਊਸ਼ਾ ਦੇਵੀ ਦਾ ਵੀ ਨਾਮ ਮੰਨ ਲਓ ਸਾਡੇ ਕਾਗਜ਼
ਨਹੀਂ ਪੂਰੇ ਸੀਗੇ। ਊਸ਼ਾ ਦੇਵੀ ਦੇ ਤਾਂ ਕਾਗਜ਼ ਪੂਰੇ ਸੀਗੇ ਨਾ ਜੀ, ਉਹਦਾ ਵੋਟਰ ਲਿਸਟ ਪੂਰੀ ਸੀ, ਉਹਦੀ ਵੋਟ ਬਣੀ ਹੋਈ ਸੀਗੀ। ਹਾਲਾਂਕਿ ਤੁਸੀਂ ਸਰ ਇੱਕ ਆਹ ਚੀਜ਼ ਹੋਰ ਦੇਖੋ, ਮੈਂ ਉੱਥੇ ਲਿਸਟ ਕਢਵਾਈ ਹੈ ਜੀ, ਇਹਦੇ ਵਿੱਚ ਆਪਣਾ ਬਲੌਂਗੀ ਕਲੋਨੀ ਦੀ, ਇਹਦੇ ਵਿੱਚ ਮਨੀਸ਼ ਕੁਮਾਰ ਦੇ ਜਿੰਨੇ ਵੀ ਬੰਦੇ ਹੈ ਉਹ ਸਭ ਦੇ ਕਾਗਜ਼ ਰਿਜੈਕਟ ਕੀਤੇ ਗਏ ਹੈ ਜੀ। ਜਿੰਨੇ ਵੀ ਮਨੀਸ਼ ਕੁਮਾਰ ਨਾਂ ਦੇ ਬੰਦੇ ਹੈ ਉਹਨਾਂ ਦੇ ਨਾਮ ਰਿਜੈਕਟ ਕੀਤੇ ਗਏ ਹੈ ਜੀ। ਰਿਸੀਵਿੰਗ ਵੀ ਹੈ ਵੀ ਇਹਨਾਂ ਨੇ ਸਾਡੇ ਤੋਂ ਫਾਈਲ ਲਿੱਤੀ ਹੈ, ਸਾਨੂੰ ਦਿਲਾਸਾ ਦਿੰਦੇ ਰਹੇ 5 ਤਰੀਕ ਤੱਕ, ਤੁਹਾਡੀ ਤਾਂ ਵੋਟ ਬਣੀ ਵੀ ਹੈ, ਤੁਸੀਂ ਜਾ ਕੇ ਫਾਈਲ ਜਮ੍ਹਾਂ ਕਰਾਓ। ਉਹਨਾਂ ਦੇ ਕਹਿਣੇ ਤੇ ਹੀ ਸਾਡੀ ਫਾਈਲ ਜਮ੍ਹਾਂ ਹੋਈ ਹੋਈ ਸੀਗੀ ਜੀ। ਸਵੇਰੇ 12 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮੇਰੀ ਵਾਈਫ ਨੂੰ ਉੱਥੇ ਬਿਠਾ ਕੇ ਰੱਖਿਆ। ਅਗਰ ਸਾਡੀ ਵੋਟ ਨਹੀਂ ਬਣਨੀ ਸੀਗੀ ਉਹ ਸਾਨੂੰ 1 ਵਜੇ ਜਵਾਬ ਦਿੰਦੇ, 2 ਵਜੇ ਜਵਾਬ ਦਿੰਦੇ, 4 ਵਜੇ ਜਵਾਬ ਦਿੰਦੇ। ਉਹਨਾਂ ਨੇ ਸਰ ਸਾਨੂੰ ਕੋਈ ਜਵਾਬ ਨਹੀਂ ਦਿੱਤਾ, ਪਤਾ ਨਹੀਂ ਉਹਨਾਂ ਤੇ ਕਿਹਨਾਂ ਦਾ ਪ੍ਰੈਸ਼ਰ ਸੀਗਾ। ਹੋਰ ਸਰ ਅਸੀਂ ਰਾਤ ਦੇ 12 ਵਜੇ ਤੱਕ ਬਾਹਰ ਵੇਟ ਕਰਦੇ ਰਹੇ। ਤੁਹਾਡੇ ਕੋਲ ਕੋਈ ਸਬੂਤ ਹੈ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਬੀਡੀਪੀਓ ਕੋਲ ਜਾਂਦੇ ਸੀਗੇ ਤੇ ਤੁਸੀਂ ਬਾਰ ਬਾਰ ਪੁੱਛਦੇ ਸੀ? ਹਾਂਜੀ, ਭਰੋਸਾ ਦਿੰਦੇ ਸੀਗੇ ਕਿ ਤੁਹਾਡੀ ਵੋਟ ਬਣ ਜਾਏਗੀ ਸਰ, ਕਰੋ ਤੁਹਾਡਾ ਕੰਮ। ਸਰ ਬੀਡੀਪੀਓ ਸਾਹਿਬ, ਹਾਂਜੀ ਸਰ, ਬੀਡੀਪੀਓ ਸਾਹਿਬ ਦੇ ਅੰਦਰ ਕੈਮਰੇ ਲੱਗੇ ਹੋਏ ਆ। ਤੁਸੀਂ 4 ਤਰੀਕ ਦੀ ਆਪਣਾ 4 ਤਰੀਕ ਤੇ 5 ਤਰੀਕ ਦੀ ਰਿਕਾਰਡਿੰਗ ਉੱਥੇ ਕੱਢ ਲਓ ਜੀ। ਸਵੇਰੇ 12 ਵਜੇ ਤੋਂ ਲੈ ਕੇ ਮੇਰੀ ਵਾਈਫ 6 ਵਜੇ ਤੱਕ ਉੱਥੇ ਅੰਦਰ ਬੈਠੀ ਰਹੀ ਜੀ। ਉਹ ਸਾਨੂੰ ਹਰ 10 ਮਿੰਟ ਬਾਅਦ ਇਹੀ, 1 ਘੰਟੇ ਬਾਅਦ ਇਹੀ ਕਹਿੰਦੇ ਰਹੇ, ਤੁਹਾਡੀ ਵੋਟ ਬਣੀ, ਤੁਹਾਡੀ ਫਾਈਲ ਅਸੀਂ ਜਮ੍ਹਾਂ ਕਰਾਈ ਹੋਈ ਹੈ, ਜੇ ਤੁਹਾਡੀ ਵੋਟ ਨਾ ਹੁੰਦੀ ਅਸੀਂ ਤੁਹਾਡੀ ਫਾਈਲ ਜਮ੍ਹਾਂ ਕਿਉਂ ਕਰਾਉਂਦੇ ਜੀ? ਮਨੀਸ਼ ਕੁਮਾਰ ਜੀ, ਤੁਸੀਂ ਇੱਕ ਗੱਲ ਕਰ ਰਹੇ ਸੀ ਜੀ, ਐਸਡੀਐਮ ਮੈਡਮ ਨੇ ਕਿਹਾ ਕਿ ਤੁਹਾਡੀ ਵੋਟ ਬਣ ਗਈ ਹੈ, ਲੜੀ ਨੰਬਰ ਨਹੀਂ ਦੇਣ ਲੱਗੇ ਨੇ ਸਰ, ਉਹ ਲੜੀ ਨੰਬਰ ਦਾ ਕੀ ਬਣਿਆ? ਸਰ ਅਸੀਂ ਤਾਂ ਐਸਡੀਐਮ ਮੈਮ ਦਾ ਦਿਲੋਂ ਧੰਨਵਾਦ ਕਰਦੇ ਹਾਂ। ਇਹੋ ਜਿਹੇ ਅਫਸਰ ਹੋਣੇ ਚਾਹੀਦੇ ਨੇ ਵੀ ਜਿਨ੍ਹਾਂ ਨੇ ਸਾਨੂੰ ਆਸ਼ਵਾਸਨ ਦਿੱਤਾ, ਉਹ ਵੀ ਬੀਡੀਓਪੀਓ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਵੀ ਇਹਨਾਂ ਦੀ ਵੋਟ ਬਣੀ ਹੋਈ ਹੈ। ਫਿਰ ਮੈਡਮ ਨੇ ਸਾਨੂੰ ਸਪੈਸ਼ਲ ਭੇਜਿਆ, ਅਸੀਂ ਉੱਥੇ ਮੈਂ ਔਰ ਮੇਰੀ ਮਿਸੀ ਉੱਥੇ ਗਏ ਸੀਗੇ, ਤਾਂ ਹੀ ਇਹਨਾਂ ਨੇ ਉਸ ਦਿਨ 12 ਵਜੇ ਤੋਂ ਲੈ ਕੇ 6 ਵਜੇ ਤੱਕ ਸਾਨੂੰ ਬਿਠਾ ਕੇ ਰੱਖਿਆ। ਜੇ ਸਾਡੀ ਵੋਟ ਨਹੀਂ ਬਣੀ ਹੋਈ ਸੀ ਪਰ ਸਾਡੀ ਇਹ ਫਾਈਲ ਰਿਜੈਕਟ ਕਿਉਂ ਕਰ ਦਿੱਤੀ ਗਈ ਜੀ? ਲੜੀ ਨੰਬਰ ਤੁਹਾਨੂੰ ਦਿੱਤਾ ਗਿਆ ਜਾਂ ਨਹੀਂ? ਨਹੀਂ ਦਿੱਤਾ ਗਿਆ ਸਰ, ਸਾਨੂੰ ਲੜੀ ਨੰਬਰ ਨਹੀਂ ਦਿੱਤਾ ਗਿਆ, ਸਾਡੀ ਤਾਂ ਇਹਨਾਂ ਨੇ ਵੋਟ ਹੀ ਨਹੀਂ ਬਣਾਈ ਜੀ। ਅਗਰ ਤਾਂ ਸਰ ਇਸ ਤਰ੍ਹਾਂ ਦਾ ਹੀ ਅੰਦਰ ਨਾ ਇਸ ਤਰ੍ਹਾਂ ਹੀ ਅਗਰ ਅੰਦਰ ਸਰ ਇਹ ਸਾਰਾ ਕੁਝ ਸਿਸਟਮ ਚੱਲਦਾ ਰਿਹਾ, ਸਰਬਸੰਮਤੀ ਤਾਂ ਬਹੁਤ ਦੂਰ ਹੈ ਸਰ, ਉਰੇ ਤਾਂ ਸਿਸਟਮ ਦਾ ਹੀ ਨਹੀਂ ਪਤਾ ਕਿ ਸਿਸਟਮ ਕਿਆ ਚੀਜ਼ ਹੈ, ਉਰੇ ਲੋਕਾਂ ਨੂੰ ਪਤਾ ਹੀ ਨਹੀਂ ਹੈ, ਅਫਸਰਾਂ ਨੂੰ ਨਹੀਂ ਪਤਾ ਵੀ ਅਸੀਂ ਕਿਵੇਂ ਕੈਂਡੀਡੇਟ ਨੂੰ ਸਿਲੈਕਟ ਕਰਨਾ। ਜਿਵੇਂ ਮੇਰੇ ਨਾਲ ਦੇਖੋ ਇਹਨਾਂ ਧੋਖਾਧੜੀ ਹੋਇਆ, ਠੀਕ ਹੈ ਜੀ। ਹੁਣ ਅਸੀਂ ਭਗਵੰਤ ਮਾਨ ਚੀਫ ਮਿਨਿਸਟਰ ਜੀ, ਉਹ ਤਾਂ ਆਪਣੇ ਇੱਕ ਲੈਵਲ ਤੇ ਬੈਠੇ ਹਾਂ ਜੀ, ਉਹਨਾਂ ਤੱਕ ਸਾਡੀ ਆਵਾਜ਼ ਪਹੁੰਚੂਗੀ ਕਿਸ ਤਰ੍ਹਾਂ? ਸਾਡੀ ਆਵਾਜ਼ ਦੱਬਣਗੇ ਜਿਹੜੇ ਸਾਡੇ ਉੱਪਰ ਦੇ ਲੈਵਲ ਦੇ, ਉਹਨਾਂ ਤੋਂ ਉੱਪਰ ਦੇ ਲੈਵਲ ਦੇ, ਉਹਨਾਂ ਤੋਂ ਉੱਪਰ ਦੇ ਲੈਵਲ ਦੇ ਜਿਹੜੇ ਬੰਦੇ ਬੈਠੇ ਨੇ ਉਹ ਤਾਂ ਸਾਡੀ ਆਵਾਜ਼ ਦੱਬ ਰਹੇ ਨੇ। ਜਦੋਂ ਸਿਸਟਮ ਦੇ ਵਿੱਚ ਰਹਿ ਕੇ ਇੰਨਾ ਕੁਛ ਹੋ ਰਿਹਾ ਤਾਂ ਪਬਲਿਕ ਦੀ ਆਵਾਜ਼ ਉੱਪਰ ਤੱਕ ਕਿਸ ਤਰ੍ਹਾਂ ਪਹੁੰਚੂਗੀ ਸਰ? ਮੈਨੂੰ ਹਾਂਜੀ ਬਿਲਕੁਲ, ਅਸੀਂ ਤਾਂ ਖੁਦ ਕਹਿੰਦੇ ਜੀ, ਮੈਂ ਤਾਂ ਖੁਦ ਆਪਣੇ ਆਪ ਨੂੰ ਹੁਣ ਸਰਪੰਚੀ ਦੇ ਕੈਂਡੀਡੇਟ, ਮੈਂ ਆਪਣੇ ਆਪ ਨੂੰ ਕਾਊਂਟ ਕਰਦੀ ਨੀ, ਠੀਕ ਹੈ ਜੀ।
ਮੈਂ ਖੁਦ ਆਪਣਾ ਇੱਕ ਆਮ ਆਦਮੀ ਦੀ ਸਪੋਰਟਰ ਕਹਿੰਦੀ ਹਾਂ ਕਿ ਹਾਂ ਅਸੀਂ ਬਹੁਤ ਕੰਮ ਕੀਤਾ, ਬਹੁਤ ਕੁਝ ਕੀਤਾ ਜੀ ਅਸੀਂ ਬਲੌਂਗੀ ਵਾਸਤੇ, ਲੋਕਾਂ ਨੇ ਸਾਨੂੰ ਸਪੋਰਟ ਵੀ ਬਹੁਤ ਕੀਤੀ ਹੈ, ਲੋਕਾਂ ਨੇ ਸਾਨੂੰ ਪਿਆਰ ਵੀ ਬਹੁਤ ਕੀਤਾ, ਲੋਕਾਂ ਦੇ ਪਿਆਰ ਦੇ ਨਾਲ ਹੀ ਅਸੀਂ ਉਰੇ ਖੜੇ ਹੋਏ ਸੀ ਵੀ ਚਲੋ ਸਾਨੂੰ ਇਹ ਲੈਵਲ ਮਿਲਿਆ, ਅਸੀਂ ਅੱਗੇ ਹੋ ਕੇ ਲੋਕਾਂ ਦੀ ਸੇਵਾ ਹੋਰ ਕਰਾਂਗੇ। ਪਰ ਸਾਨੂੰ ਤਾਂ ਜੀ ਇਹਨਾਂ ਸਰਕਾਰਾਂ ਨੇ ਜਾਂ ਇਹਨਾਂ ਪ੍ਰਸ਼ਾਸਨਾਂ ਨੇ ਜਾਂ ਉੱਪਰਲੇ ਬੰਦਿਆਂ ਨੇ ਜੋ ਵੀ ਹੈ ਉਹਨਾਂ ਨੇ ਸਾਨੂੰ ਦਬਾਤਾ, ਅੱਜ ਵਾਕਿਆ ਸਰ ਅਸੀਂ ਦੱਬ ਗਏ। ਮੈਂ ਸਰ ਨਹੀਂ, ਮੈਂ ਪਛਤਾ ਨਹੀਂ ਰਹੀ ਕਿਉਂਕਿ ਮੈਂ ਸਰ ਇੱਕ ਆਮ ਖੁਦ ਲੋਕਾਂ ਦੀ ਸੇਵਾ ਕੀਤੀ ਹੈ ਸਰ, ਸੇਵਾ ਕਰਨ ਵਾਲਾ ਬੰਦਾ ਨਾ ਕਦੀ ਪਛਤਾਉਂਦਾ ਨਹੀਂ। ਪਾਰਟੀ ਤੋਂ ਸਰ ਹੋਰ ਫੀਲ ਹੁੰਦਾ ਜੀ, ਜੈਨੂਅਨ ਹੈ, ਮੈਂ ਵੀ ਪਬਲਿਕ ਹਾਂ, ਮੇਰੇ ਨਾਲ ਇਸ ਤਰ੍ਹਾਂ ਹੋ ਰਿਹਾ ਫੀਲ ਹੋ ਰਿਹਾ। ਮੈਨੂੰ ਜਦ ਆਪਣੀ ਸਰਪੰਚੀ ਤੋਂ ਬਹੁਤ ਆਸ ਸੀ ਕਿ ਚਲੋ ਮੈਂ ਖੜੀ ਹੋਊਂਗੀ, ਮੈਂ ਬਹੁਤ ਲੋਕਾਂ ਦਾ ਕੁਛ ਭਲਾ ਸੋਚੂਂਗੀ, ਬੜਾ ਕੁਛ ਕਰੂੰਗੀ। ਸਰ MLA ਤੱਕ ਕਿੱਥੇ ਜਾਈਏ, ਇੱਥੇ ਜਦੋਂ ਸਰ ਆਪਣਾ BDO ਦਫ਼ਤਰ ਦੇ ਵਿੱਚ ਆਫਿਸਰ ਆਪਣੀ ਫਾਈਲ ਨਹੀਂ ਕਰ ਰਹੇ ਕਿ ਦੇ ਰਹੇ ਜੀ, MLA ਤਾਂ ਬਹੁਤ ਉੱਪਰ ਲੈਵਲ ਤੱਕ ਹੈ ਅਤੇ ਉਹਨਾਂ 'ਤੇ ਸਾਡੀ ਤਾਂ ਆਵਾਜ਼ ਵੈਸੇ ਹੀ ਨਹੀਂ ਪਹੁੰਚ ਸਕਦੀ, ਉਹਨਾਂ ਦੇ ਬਾਹਰ ਤਾਂ ਬੰਦੇ ਬੜੇ ਖੜੇ ਹੁੰਦੇ ਜੀ, 10 ਮਿੰਟ ਤੱਕ ਆਓ, ਘੰਟੇ ਤੱਕ ਆਓ, 2 ਘੰਟੇ ਤੱਕ ਆਓ ਜੀ, ਉੱਥੇ ਤੱਕ ਤਾਂ ਸਾਡਾ ਲੈਵਲ ਪਹੁੰਚ ਹੀ ਨਹੀਂ ਸਕਦਾ ਜੀ। ਜੋ ਆਪਣਾ ਰਾਈਟ ਅਧਿਕਾਰ ਉਹ ਆਪਾਂ ਕਰਾਂਗੇ ਜੀ, ਜਿਹੜਾ ਬਲੌਂਗੀ ਨੂੰ ਪੂਰਾ ਸੁਧਾਰੂਗਾ, ਪੂਰੀ ਇੰਪਰੂਵ ਕਰੂਗਾ, ਸਾਡੀ ਵੋਟ ਉਸਨੂੰ ਜਾਊਗੀ। ਨਹੀਂ ਹੈਗੀ ਜੀ, ਮੇਰੇ ਹਸਬੰਡ ਹੀ ਹੈਗੀ ਹੈ ਜੀ, ਸਾਡੇ ਨਾਲ ਸਮਰਥਨ ਬਹੁਤ ਹੈ ਜੀ, ਸਾਡੇ ਨਾਲ ਪਬਲਿਕ ਬਹੁਤ ਜੁੜੀ ਹੋਈ ਹੈ ਜੀ, ਮੇਰੇ ਨਾਲ ਬੰਦਾ ਬਹੁਤ ਜੁੜਿਆ, ਮੇਰੇ ਨਾਲ ਲੇਡੀਜ਼ ਬਹੁਤ ਜੁੜੀਆਂ, ਜਿੱਥੇ ਅਸੀਂ ਕਹਾਂਗੇ, ਜਿੱਥੇ ਸਾਨੂੰ ਕੰਮ ਲੱਗੂਗਾ, ਇੰਪਰੂਵਮੈਂਟ ਲੱਗੂਗੀ, ਸਾਡੀ ਸਾਰੀ ਵੋਟ ਹਰਾਉਣ ਲਈ ਤਾਂ ਜੀ ਦੇਖੋ ਜੀ, ਪਬਲਿਕ ਨੇ ਆਪੇ ਦੇਖਣਾ, ਠੀਕ ਹੈ ਜੀ। ਸਪੋਰਟਰ ਵੋਟਰ ਤਾਂ ਪਹਿਲੀ ਹਾਰ ਚੁੱਕੇ ਆ ਜੀ, ਵੋਟਰ ਦੇ ਜਿਹੜੇ ਐਂਟੀ ਆ ਤਾਂ ਹਾਰ ਚੁੱਕੇ ਆ ਜੀ, ਉਹਨਾਂ ਨੇ ਤਾਂ ਅੱਜ ਆਪਣਾ ਚਿਹਰਾ ਲੈ ਕੇ ਆਏ ਸਾਡੇ ਸਾਹਮਣੇ, ਦੇਖੋ ਉਹ ਹਾਰ ਚੁੱਕੇ, ਐਂਟੀ ਪਾਰਟੀਜ਼ ਹਾਰ ਚੁੱਕੀਆਂ ਜੀ। ਕੋਰਟ 'ਚ ਸਰ ਅਸੀਂ ਜਾਵਾਂਗੇ, ਬਹੁਤ ਜਲਦੀ ਜਾਵਾਂਗੇ, ਬਾਈ ਨੇਮ ਜਾਵਾਂਗੇ ਵੀ ਸਾਡੇ ਮਾਮਲੇ ਵਿੱਚ ਸੰਪਰਕ ਕਰਨ ਤੇ ਫੋਨ ਤੇ ਮੋਹਾਲੀ ਦੇ BDO ਧਨਵੰਤ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਜੋ ਵੀ ਕੰਮ ਕੀਤਾ ਗਿਆ RO ਅਧਿਕਾਰੀਆਂ ਵੱਲੋਂ ਕੀਤਾ ਗਿਆ, ਲੇਕਿਨ ਕਾਨੂੰਨ ਦੇ ਬਾਹਰ ਜਾ ਕੇ ਕੋਈ ਕੰਮ ਨਹੀਂ ਹੋ ਸਕਦਾ। ਉਹਨਾਂ ਨੇ ਕਿਹਾ ਕਿ ਅਦਾਲਤ ਵਿੱਚ ਉਹ ਵੀ ਆਪਣਾ ਪੱਖ ਰੱਖਣਗੇ ਅਤੇ ਕਿਸੇ ਦੇ ਨਾਲ ਕੋਈ ਜਾਤੀ ਨਹੀਂ ਕੀਤੀ ਜਾ ਰਹੀ ਹੈ ਅਤੇ ਜਿਹੜੇ ਆਰੋਪ ਲਾਏ ਜਾ ਰਹੇ ਨੇ ਉਹ ਬੇਬੁਨਿਆਦ ਹਨ ਅਤੇ ਹਰ ਕਿਸੇ ਨੂੰ ਆਪਣੇ ਹੱਕ ਲਈ ਕਾਨੂੰਨ ਦਾ ਦਰਵਾਜ਼ਾ ਖਟਕਾਉਣ ਦਾ ਪੂਰਾ ਅਧਿਕਾਰ ਹੈ।